ਸਲਵਾਤ ਸਰ ਉੱਚੀ ਆਵਾਜ਼ ਨਾਲ ਪੜ੍ਹੋ ਬਾਬਾ ਜ਼ਿਕਰ ਪਾਕ ਦੀ ਕਬੂਲੀਅਤ ਵਾਸਤੇ ਬਾਬਾ ਜ਼ਬੁਲੰਦ ਸਲਵਾਤ ਸਰ ਬਾਨੀਆਨ ਦੇ ਖਰਚੋ ਖਰਾਜਾਤ ਦੀ ਮਨਜ਼ੂਰੀ ਵਾਸਤੇ ਉੱਚੀ ਆਵਾਜ਼ ਨਾਲ ਸਲਵਾਤ ਸਰ ਕਾਫੀ ਵਜਾ ਬਾਬਾ ਜ਼ਬੁਲੰਦ ਨਾਰਾਏ ਤਕਬੀਰ ਨਾਰਾਏ ਰਿਸਾਲਤ ਨਾਰਾਏ ਹੈਦਰੀ ਹੁਸੈਨੀਅਤ ਯਜ਼ੀਦੀਅਤ ਪਾਕ ਸੈਨ ਸੈਯਦ ਆਦਿ ਦੁਸ਼ਮਣਾਂ ਤੇ ਲਾਨਤ ਬੁਲੰਦ ਸਲਵਾਤ ਸਰ ਹਜ਼ਰਾਤ ਉੱਚੀ ਆਵਾਜ਼ ਆਬਾਦ ਰਸ਼ਾਦ ਰਹੋ ਸ਼ਾਲਾ ਜੀਂਦੇ ਰਹੋ ਹੇ ਇਜਾਜ਼ਤ ਨੌਕਰੀ ਸ਼ੁਰੂ ਕਰੀ ਮੌਲੇ ਕਾਇਨਾਤ ਰਟਰੋਇਆ ਕਬੂਲ ਮਨਜ਼ੂਰ ਫਰਮਾਏ ਇੱਕ ਸਰੈਕੀ ਜ਼ਬਾਨ ਦੀ ਰੁਬਾਈ ਤੋਂ ਮੈਂ ਨੌਕਰੀ ਦੀ ਇਬਤਦਾ ਪਿਆ ਕਰਦਾ ਕੋਈ ਡਰ ਕੋਈ ਨਹੀਂ ਇਹਨਾਂ ਫਤਵਿਆਂ ਦਾ ਕਰ ਪਤਾ ਨਹੀਂ ਕਿ ਦਾ ਕੇ ਦੇਸਾਂ ਕੋਈ ਡਰ ਕੋਈ ਨਹੀਂ ਇਹਨਾਂ ਫਤਵਿਆਂ ਦਾ ਕਰ ਪਤਾ ਨਹੀਂ ਕਿ ਦਾ ਕੇ ਦੇਸਾਂ ਅੱਲਾ ਆਖੇ ਪੁੱਲ ਸਰਾ ਤੂੰ ਤੇ ਲਾ ਮੁਕਰੂ ਮਕਾਨ ਸਟੇ ਦੇਸਾਂ ਪਾਦੇ ਤੇ ਮੈਂ ਸ਼ਾਨ ਅਲੀ ਦੀ ਇੰਜ ਪੜਸਾਂ ਦੁਸ਼ਮਣ ਦੇ ਸਾੜ ਕਲੇ ਦੇ ਸਾਂ ਮੇਰੀ ਜਿੰਦ ਮਕਰੂਜ਼ ਹੁਸੈਨ ਦੀ ਹੈ ਉਹ ਮੰਗਣ ਤਾਂ ਸਹੀ ਮੈਂ ਦੇ ਦੇਸਾਂ ਹੈ ਬਈ ਆਪਣਾ ਹੋਮਣਾ ਜੁਰਮ ਹੈ ਬਾਈ ਮੇਰੀ ਜਿੰਦ ਮਕਰੂਜ਼ ਹੁਸੈਨ ਦੀ ਹੈ ਉਹ ਮੰਗਣ ਤਾਂ ਸਹੀ ਅਲੀ ਦਾ ਮਲੰਗ ਉਸ ਅਲੀ ਦੇ ਦੁਸ਼ਮਣ ਦੀ ਸਜ਼ਾ ਤਜਵੀਜ਼ ਕੀਤੀ ਉਸ ਕਿਸਮਾਂ ਲਿਖੀਆਂ ਜੋ ਅਲੀ ਦੇ ਦੁਸ਼ਮਣ ਨੂੰ ਮਰਨਾ ਕਿਵੇਂ ਚਾਹੀਦਾ ਅਤੇ ਮਲੰਗਾਂ ਤੋਂ ਨਫ਼ਰਤ ਨਾ ਕੀਤੀ ਕਰੋ ਉਹ ਸਾਡੇ ਨਾਲੋਂ ਉਮਰਾਂ ਦੀ ਜਿਹੜੀ ਡਿਊਟੀ ਉਹ ਸਖ਼ਤ ਹੈ ਅਸਾਂ ਆਉਂਦੇ ਹਾਂ ਮਜਲਿਸ ਪੜ੍ਹਨੇ ਹੈ ਸੋਹਣਾ ਪ੍ਰੋਟੋਕੋਲ ਲੰਗਰ ਨਿਆਜ਼ ਹਰ ਸ਼ੈ ਲੱਭਦੀ ਹੈ ਲੇਕਿਨ ਮਲੰਗ ਨੂੰ ਨਹੀਂ ਪਤਾ ਹੁੰਦਾ ਜੋ ਅਗਲੀ ਗਲੀ ਮੋਮਨਾਂ ਦੀ ਹੈ ਕਿ ਮੁਨਾਫਕਾਂ ਦੀ ਜਿਹੜੇ ਬੰਦੇ ਥੱਕੇ ਬੈਠੇ ਹੋ ਤਾਂ ਉੱਠੀ ਵੰਜੋ ਤਾਂ ਚੰਗਾ ਸਾਰੇ ਬੋਲੇ ਬਈ ਆਖਿਰ ਤਾਈਂ ਉਸ ਹਰ ਜਹ ਤੇ ਉਸ ਹਰ ਗਲੀ ਚ ਆਖਣਾ ਯਾ ਅਲੀ ਤੂੰ ਹਲਾਲੀਆਂ ਦਾ ਇਮਾਮ ਯਾ ਅਲੀ ਤੂੰ ਨਮਾਜ਼ੀਆਂ ਦਾ ਇਮਾਮ ਹੈ ਯਾ ਅਲੀ ਤੂੰ ਹੱਕ ਦਾ ਇਮਾਮ ਇੱਕ ਮੁਕਰੂ ਇੱਕ ਦੁਸ਼ਮਣ ਹੈ ਅਲੀ ਭਾਈ ਜਾਨ ਜਾਫਰੀ ਸਾਹਿਬ ਉਹ ਨਿਕਲਿਆ ਉਸ ਅੱਗੇ ਤੂੰ ਅਲੀਆ ਲੈ ਉਸ ਅੱਗੇ ਅਲਹਮਦੁਲਿਲਾ ਉਸ ਅੱਗੇ ਤੇ ਵਾਦ ਜੰਤੀ ਹੋਸੇ ਉਸ ਅੱਗੇ ਅਲਹਮਦੁਲਿਲਾ ਬੇਸ਼ੱਕ ਉਸ ਇੰਜੇ ਜਿਹੜਾ ਮੁਕਰੂ ਆਈ ਨਾ ਦੁਸ਼ਮਣ ਅਲੀ ਉਸ ਇੰਜੇ ਮਲੰਗ ਦੇ ਕੱਪੜਿਆਂ ਨਾਲ ਮੂੰਹ ਕੀਤਾ ਉਸ ਇੰਜੇ ਸੁੰਘਿਆ ਉਸ ਅੱਗੇ ਤੇ ਸੁੰਘਦਾ ਕਿਉਂ ਉਸ ਅੱਗੇ ਨਬੀ ਦੀ ਹਦੀਸ ਹੈ ਜੰਤੀਆਂ ਚੋਂ ਜੰਨਤ ਦੀ ਖੁਸ਼ਬੂ ਆਉਂਦੀ ਉਸ ਅੱਗੇ ਵੱਤ ਆਈਏ ਹੀ ਉਸ ਅੱਗੇ ਤੇਰੇ ਚੋਂ ਤਾਂ ਨਹੀਂ ਆਈ ਉਸ ਅੱਗੇ ਤੈਂ ਇੱਕ ਹਦੀਸ ਸੁਣੀਏ ਦੂਈ ਨੂੰ ਸੁਣੀ ਉਸ ਅੱਗੇ ਦੂਈ ਕਿਹੜੀ ਹਦੀ ਉਸ ਅੱਗੇ ਅਲੀ ਦਾ ਦੁਸ਼ਮਣ ਭਾਵੇਂ ਜਿਹੜਾ ਹੀ ਚੰਗਾ ਹੋ ਸੀ ਜੰਨਤ ਦੀ ਖੁਸ਼ਬੂ ਨਹੀਂ ਸੁਣ ਸਕਦਾ ਜਿਹੜੇ ਹੱਥ ਉੱਠੇ ਇਨਸ਼ਾਅੱਲਾ ਮੌਲਾ ਦੀ ਜ਼ਰੀ ਨਾਲ ਮਾਸੂਮ ਹੈਦਰੀ ਸਾਰੇ ਬੋਲੋ ਅਲੀ ਦਾ ਮਲੰਗ ਉਸ ਅਲੀ ਦੇ ਦੁਸ਼ਮਣ ਦੀ ਸਜ਼ਾ ਤਜਵੀਜ਼ ਕੀਤੀ ਉਸ ਲਿਖਿਆ ਆਪਣੇ ਰੰਗ ਨਾਲ ਸਾਦਾ ਜਾਏ ਕਲਮ ਨਾਲ ਜੋ ਅਲੀ ਦੇ ਦੁਸ਼ਮਣ ਨੂੰ ਮਰਨਾ ਕਿਵੇਂ ਚਾਹੀਦਾ ਉਹ ਹਦੇ ਜਿਹੜਾ ਦੁਸ਼ਮਣ ਪੀਰ ਅਲੀ ਦਾ ਹੈ ਪੱਖੇ ਨਾਲ ਟੰਗੀ ਕੇ ਮਰ ਵੈਸੇ ਜਿਹੜਾ ਦੁਸ਼ਮਣ ਪੀਰ ਅਲੀ ਦਾ ਹੈ ਪੱਖੇ ਨਾਲ ਟੰਗੀ ਕੇ ਮਰ ਵੈਸੀ ਕੋਈ ਮਰਸੀ ਵੰਜ ਪਹਾੜਾਂ ਵਿੱਚ ਕੋਈ ਦਾਲ ਖਾ ਅਫਰੀਕੇ ਮਰ ਵੈਸੀ ਉਹ ਹਦੇ ਭਾਵੇਂ ਬੈਠਾ ਰਹੇ ਮਣ ਦਰਿਆ ਦੇ ਉੱਤੇ ਹਰ ਹਾਲ ਗੁਤੀ ਕੇ ਮਰ ਵੈਸੀ ਕਿਹੜੀ ਲੋੜ ਹੈ ਰੌਂਦ ਵਜਾਵਣ ਦੀ ਨਾਰੇ ਨਾਲ ਛਟੀ ਕੇ ਮਰ ਵੈਸੀ ਚਲੋ ਤੁਸੀਂ ਜੀਂਦੇ ਰਹੋ ਕਿਆ ਬਾਤ ਹੈ ਬਾਈ ਤੁਹਾਨੂੰ ਸੁਣਨ ਦੀ
ਅਸਾਂ ਬਾਬਾ ਤੁਹਾਡੇ ਹਰ ਵੇਲੇ ਦੇ ਵਤਨੀ ਨਿਆਜ਼ਮੰਦ ਹੈ, ਤੁਹਾਡੀ ਦੁਆਈ ਦੇ ਜ਼ਾਕਿਰ ਹੈ। ਤੁਹਾਡੀ ਸਿਰਫ ਦੁਆ ਦੀ ਲੋੜ ਹੁੰਦੀ ਹੈ, ਬਸ ਤੁਹਾਡੀ ਦੁਆ ਹੋ ਜਾਵੇ ਤੇ ਸਾਡੀ ਨੌਕਰੀ। ਅਸਾਂ ਇੱਥੇ ਕਿਹੜੇ ਨਾਂ ਪੈਦਾ ਕਰਨੇ ਹੁੰਦੇ ਤੇ ਕਿਹੜੀਆਂ ਜ਼ਾਕਰੀਆਂ ਕਰਨੀਆਂ ਹੁੰਦੀਆਂ, ਅਸਾਂ ਸਿਰਫ ਤੁਹਾਡੀ ਦੁਆ ਵਾਸਤੇ ਹਾਜ਼ਰ ਹੁੰਦੇ। ਮੌਲਾ ਇਹ ਸਦੀਕੀ ਖਾਨਦਾਨ ਨੂੰ ਮਿਲੋ ਮੌਲਾ, ਦਿਨ ਦੁਗਣੀ ਰਾਤ ਚੁਗਣੀ ਤਰੱਕੀ ਅਤਾ ਫਰਮ। ਇਹ ਫੂੜੀ ਵਿਛਾਈ ਮੌਲਾ ਇਹਨਾਂ ਦੀ ਕਬੂਲ ਓ ਮਨਜ਼ੂਰ ਫਰਮਾਏ। ਮੌਲਾ ਇਹਨਾਂ ਨੂੰ ਅਰਸ਼ਾਂ ਦੇ ਰੰਗ ਲਾਵੇ, ਸਾਦਾਤ ਮੋਮਿਨੀਨ ਦੇ ਵਿਹੜੇ ਵਸਦੇ ਰਹੇ। ਇੱਕ ਕਸੀਦਾ ਅੱਜ ਕੱਲ੍ਹ ਹਵਾ ਚੱਲ ਪਈ ਹੈ, ਜੋ ਕੱਲਿਆਂ ਕਸੀਦਾ ਪੜ੍ਹਨਾ, ਸੋਜ਼ੀ ਹੋਣ ਦੇ ਬਾਵਜੂਦ ਜ਼ਾਕਿਰ ਤਰੇ ਤਰੇ ਕਸੀਦੇ ਕੱਲਿਆਂ ਪੜ੍ਹਵੇਂ। ਅਸਾਂ ਕਹੇ ਅੱਛਾ ਮੈਂ ਉਹ ਪੜ੍ਹਦਾ ਪਿਆ, ਇੱਕ ਮਿੰਟ ਬਸ। ਮੈਂ ਆ ਕੇ ਚਲੋ ਅਸਾਂ ਵੀ ਹਵਾ ਜੋ ਚੱਲ ਪਈ ਤਾਂ ਚਲੋ ਅਸਾਂ ਹੀ ਇੱਕ ਅੱਧ ਕੱਲਿਆਂ ਪੜ੍ਹ ਲਵੀ, ਤੁਹਾਡੀ ਇਜਾਜ਼ਤ ਹੋਵੇ ਤਾਂ ਇੱਕ ਕਸੀਦਾ ਸੁਣਵਾ ਲਵੀ। ਹੁਬ ਅੱਲਾ ਦੀ ਹੁਸੈਨ, ਅੱਲਾ ਦੀ ਮੁਹੱਬਤ ਦਾ ਦੂਸਰਾ ਨਾਮ ਹੈ ਹੁਸੈਨ। ਹੁਬ ਅੱਲਾ ਦੀ ਹੁਸੈਨ, ਹੁਬ ਅੱਲਾ ਦੀ ਹੁਸੈਨ, ਹੁਬ ਅੱਲਾ ਦੀ ਹੁਸੈਨ, ਅਕੀਦਾ ਬਣਾ ਲੈ ਐਵੇਂ ਰੁੱਲ ਨਹੀਂ ਆਵਾਰਾ, ਬੀਬੀ ਤੂੰ ਦੁਆ ਲੈ। ਜਿਹੜਾ ਮਜਲੇ ਸੇ ਚਾਵੇ ਉਸਨੂੰ ਪਾਕ ਸਹਿਣ ਦੁਆ ਕਰਦੀ। ਸਜੀ ਮੇਰਾ ਇਹ ਜਿਹੜੀ ਈਦ ਗੁਜ਼ਾਰੀ ਨੇ, ਈਦ ਦਾ ਦਿਨ ਹਸਨੈਨ ਸ਼ਰੀਫ ਐਨ ਫਰਮੈਂਦੇ ਨਾ ਨਾ ਪੌਸ਼ਾਕਾਂ ਤਾਂ ਜੰਤੀ ਹਨ ਤੇ ਸਾਡੀ ਸਵਾਰੀ। ਕਈ ਬੰਦੇ ਆਉਂਦੇ ਨੇ ਮਜਲੇ ਸੁਣਨ ਵਾਲੇ ਤੇ ਕਈ ਆਉਂਦੇ ਨੇ ਮੋਤੀ ਚੁਣਨ ਵਾਲੇ। ਜਿਹੜੇ ਮੋਤੀ ਚੁਣਨ ਵਾਲੇ ਉਹ ਨਿਆਜ਼ ਹੁਸੈਨ ਸਰ ਚਵੇ। ਸਰਕਾਰ ਫਰਮੈਂਦੇ ਨੇ ਆਖੋ ਤਾਂ ਤਖ਼ਤ ਸੁਲੇਮਾਨ ਮੰਗਾ ਦੇਵਾਂ, ਆਖੋ ਤਾਂ ਬੁਰਾਕ ਮੰਗਾ ਦੇਵਾਂ, ਆਖੋ ਤਾਂ ਤੁਹਾਡੇ ਬਾਬੇ ਦੀ ਸਵਾਰੀ ਦੁਲਦੁਲ ਮੰਗਾ ਦੇਵਾਂ। ਹਸਨੈਨ ਸ਼ਰੀਫ ਐਨ ਫਰਮੈਂਦੇ ਨਾ ਨਾ ਜਿਹੜੀਆਂ ਸਵਾਰੀਆਂ ਤੁਸਾਂ ਗਿਣੀਆਂ ਇਹ ਸਾਰੀਆਂ ਇਸਤੇਮਾਲ ਵਾਲੀਆਂ, ਸਾਨੂੰ ਗੈਰ ਇਸਤੇਮਾਲ ਸਵਾਰੀ ਚਾਹੀਦੀ। ਇੱਥੇ ਤੁਹਾਡਾ ਹੱਕ ਬਣਦਾ ਹੈ, ਬੋਲੋ। ਸ਼ਾਬਾਸ਼, ਕਿਆ ਬਾਤ, ਸਾਰੇ ਬੋਲੇ ਆਖਿਰ ਤਾਂ। ਕਾਫੀ ਤੇ ਪੂਰੀ ਤਵੱਜੋ, ਅਕੀਦਾ ਬਣਾ ਲੈ ਆ ਬੀਬੀ ਤੂੰ ਦੁਆ ਲੈ, ਬਣਾ ਲੈ ਦੁਆ ਲੈ। ਨਾਨਾ ਸਾਨੂੰ ਗੈਰ ਇਸਤੇਮਾਲ ਸਵਾਰੀ ਚਾਹੀਦੀ। ਉਹ ਨਬੀ ਜਿਹੜਾ ਬਗੈਰ ਵਹੀ ਤੇ ਗੱਲ ਕਰਦਾ ਹੀ ਨਹੀਂ, ਅੱਲਾ ਨਾਲ ਹਮ ਕਲਾਮ ਹੋਇਆ ਤਾਂ ਨਬੀ ਕੇ ਫਰਮੈਂਦੇ ਨੇ ਤੁਸਾਂ ਆਖੋ ਤਾਂ ਬੁਲੇ ਨਾ, ਤੁਹਾਡੀ ਮਰਜ਼ੀ ਤੇ ਰਹੀਆਂ, ਮੈਥੋਂ ਮੰਗਦਾ ਸਵਾਰੀ ਤੁਹਾਡਾ ਛੇਕੜੀ ਨਬੀ, ਮੈਥੋਂ ਮੰਗਦਾ ਸਵਾਰੀ ਤੁਹਾਡਾ ਛੇਕੜੀ ਨਬ। ਜਿਹੜੇ ਵਿੱਚ ਸੁਣੀ ਮੇਰੇ ਭਰਾ ਬੈਠੇ ਹੋ, ਨਾ ਹੁਸੈਨ ਸਰ ਚਵੇ ਵੱਤ ਕੇ ਹੋਇਆ, ਅੱਲਾ ਪਾਕ ਫਰਮਾਇਆ, ਅੱਲਾ ਪਾਕ ਫਰਮਾਇਆ, ਕੰਬਲੀ ਮੋਢਿਆਂ ਤੂੰ ਲਾ ਲੈ ਇਨੀ ਬਚੜੇ ਅਲੀ ਦੇ, ਬਿਸਮਿਲਾ ਪੜ ਕੇ ਚਾ। ਜਿਤਨੇ ਹੱਥ ਉੱਠੇ ਇਨਸ਼ਾਅੱਲਾ ਮੌਲਾ ਦੀ ਜ਼ਰੀ ਨਾਲ ਮਾਸੂਮ। ਕਿਆ ਬਾਤ, ਸੱਜੇ ਮੁੰਡੇ ਤੇ ਹਸਨ, ਖੱਬੇ ਤੇ ਹੁਸੈਨ, ਥੋੜਾ ਜਿਹਾ ਟੁਰੇ ਹਸਨੈਨ ਸ਼ਰੀਫ ਐਨ ਫਰਮੈਂਦੇ ਨਾ ਨਾ ਹਰ ਸਵਾਰੀ ਦੀਆਂ ਵਾਗਾਂ ਐਨ ਸਾਰੀ ਸਵਾਰੀ ਦੀਆਂ ਵਾਗਾਂ। ਜਿਹੜੇ ਬੰਦੇ ਥੱਕੇ ਬੈਠੇ ਹੋ ਗਿਆ,
ਵੱਲੇ ਲਾਲੀਆਂ ਜ਼ੁਲਫਾਂ ਜਿਨ੍ਹਾਂ ਦੀਆਂ ਅੱਲਾ ਕਸਮਾਂ ਚਾਹੁੰਦਾ ਹੈ, ਸੱਜੀ ਜ਼ੁਲਫ ਹਸਨ ਦੇ ਹੱਥ ਚ, ਖੱਬੀ ਹੁਸੈਨ ਦੇ ਹੱਥ ਚ, ਜ਼ੁਲਫਾਂ ਨਾ ਪਾਈਆਂ ਨਹੀਂ, ਤੂੰ ਮਾਤਮੀ ਹੈ ਮੇਰੇ ਮੌਲਾ ਦਾ, ਤੇਰੀ ਜ਼ਿੰਦਗੀ ਦਾ ਰਾਜ਼ ਹੋਵੇ। ਜਿਹੜੇ ਪਾਸੇ ਹਸਨ ਹੁਸੈਨ ਮੁੜੇ ਦਿਨ, ਸਾਰੀ ਦੀ ਸਾਰੀ ਰਿਸਾਲਤ ਉਦਾਂ ਹੀ ਮੁੜ ਪੈਂਦੀ। ਸੱਤਰ ਚੱਕਰ ਬਾਜ਼ਾਰ ਤੂੰ ਦਰਵਾਜ਼ਾ, ਸਦੀਕੀ ਸਾਹਿਬ ਦਰਵਾਜ਼ੇ ਤੂੰ ਬਾਜ਼ਾਰ, ਬਾਜ਼ਾਰ ਤੂੰ ਦਰਵਾਜ਼ਾ, ਦਰਵਾਜ਼ੇ ਤੂੰ ਸ਼ਾਹਜੀ ਬਾਜ਼ਾਰ। ਸੈਣ ਪਾਕ ਡਿਠਾ ਫਰਮਾਇਆ, ਯਾ ਅਲੀ ਆਪਣੇ ਪੁੱਤਰਾਂ ਨੂੰ ਆਪ ਚਾ। ਜਨਾਬ ਅਲੀ ਆਏ ਫਰਮਾਇਦੇ ਹਸਨ ਤੇ ਹੁਸੈਨ, ਆਓ ਮੈਂ ਤੁਹਾਨੂੰ ਸੈਰ ਕਰਾਵਾਂ ਸਰਕਾਰੇ ਮੁਹੰਮਦ। ਅਲੀ ਅਨ ਮੁਰਤਜ਼ਾ ਦੇ ਮੁਖਾਤਿਬ ਹੋ ਕੇ ਕਿਆ ਫਰਮਾਉਂਦੇ ਨੇ, ਮੇਰੀ ਵੇਖ ਕੇ ਜ਼ਈਫੀ ਤੈਨੂੰ ਦਿੱਤਾ ਇਸ ਪੈਗਾਮ ਹੈ, ਮੈਨੂੰ ਇਲਮੇ ਜੋ ਦਰ ਤੇ ਮੇਰੀ ਧੀ ਬੇ ਆਰਾਮ ਹੈ। ਮੈਨੂੰ ਇਲਮੇ ਦਰ ਤੇ ਮੇਰੀ ਧੀ ਬੇ ਆਰਾਮ ਹੈ। ਸਰਕਾਰੇ ਮੁਹੰਮਦ ਕਿਆ ਫਰਮਾਉਂਦੇ ਨੇ, ਇਹ ਹੁਸੈਨ ਬੈਠਾ ਰਹੇ, ਇਹ ਹੁਸੈਨ ਬੈਠਾ ਰਹੇ, ਬੇਸ਼ੱਕ ਹਸਨ ਨੂੰ ਚਾਲ ਹੈ, ਅੱਜ ਤਾਂ ਵਸਦਾ ਮਦੀਨਾ, ਰਾਜ ਕੇ ਨਾਜ਼ ਮਨਾ ਲੈ। ਕਿਆ ਬਾਤ ਤੇਰੇ ਸੁਣਨ ਦੀ, ਕਿਆ ਬਾਤ! ਇਹ ਮਜਲਿਸ ਦੀ ਮਾਰਫਤ, ਇਹ ਜ਼ਿਕਰ ਨਾਲ ਅਕੀਦਤ, ਕਿਆ ਬਾਤ! ਮਸਾਇਬ ਵੀ ਨਹੀਂ ਪੜਿਆ ਤੇ ਆਂਸੂ ਆ ਗਏ। ਇਹ ਹੁਸੈਨ ਬੈਠਾ ਰਹੇ, ਇਹ ਹੁਸੈਨ ਬੈਠਾ ਰਹੇ, ਬੇਸ਼ੱਕ ਹਸਨ ਨੂੰ ਚਾਲੇ, ਅੱਜ ਤਾਂ ਵਸਦਾ ਮਦੀਨਾ, ਰਾਜ ਕੇ ਨਾਜ਼ ਮਨਾ ਲੈ। ਤੁਹਾਡੀਆਂ ਰੋਂਦੀਆਂ ਹੋਈਆਂ ਅੱਖੀਂ ਵੇਖ ਕੇ ਇੱਕ ਪੁਰਾਣਾ ਜਿਹਾ ਬੰਦ ਪੜ੍ਹਨਾ ਚਾਹੁੰਦਾ, ਇੱਥਾਂ ਇਹ ਬਜ਼ੁਰਗ ਬੰਦ ਪੜ੍ਹਦੇ ਆਏ। ਇਰਾਜ਼ ਦੇ ਵਿੱਚ ਤੂੰ ਮੁਖਿਲ ਨਥੀ, ਤੇ ਤਕਲੀਫ ਦਾ ਝੱਟ ਨਿਭਵੈ ਸੀ, ਅੱਜ ਇਹ ਅਜ਼ਮੈਂਦਾ ਏ ਨਾਨੇ ਕੂੰ ਕਾਲ ਨਾਨਾ ਅਚਾ। ਮੌਲਾ ਤੇਰੀ ਹਾਇ ਕਬੂਲ ਕਰੇ, ਕਿਆ ਬਾਤ! ਅੱਜ ਇਹ ਅਜ਼ਮੈਂਦਾ ਏ ਨਾਨੇ ਕੂੰ ਕਾਲ ਨਾਨਾ ਅਚਾ। ਇਨ ਚਾਰ ਦਿਹਾੜੇ ਖੁਸ਼ੀਆਂ ਦੇ ਇਥੋਂ ਟੁਰ ਵੰਜਣਾ ਈ, ਅੱਲਾ ਜਾਣੇ ਕਿਹੜਾ ਅਜ਼ਾਦਾਰ ਹਾਏ ਕਰਸੀ ਅਗਲੀ ਸਤਰ ਤੇ। ਜੈ ਗੁਮ ਮੈਂ ਅੱਜ ਮੁਹਾਰ ਤੇ ਜਾਈ ਵਧਾ, ਇਹਦੀ ਲਾਸ਼ ਨਾ ਕੋਈ, ਇਹ ਨਹੀਂ ਜਿਵੇਂ ਤੇਰਾ ਮਿਜ਼ਾਜ ਏ, ਜਿਵੇਂ ਮੁਲਤਾਨ ਦਾ ਮਿਜ਼ਾਜ ਏ। ਜੇ ਗੁਮਾਏ ਅੱਜ ਮੁਹਾ ਚਾਈ ਵਧਾ, ਇਹਦੀ ਲਾਸ਼ ਨਾ ਕੋਈ, ਕਰਬਲਾ ਜ਼ਿਆਰਤ ਦਿਲ ਚਾਹੁੰਦਾ ਹੈ ਬਜ਼ੁਰਗਾਂ ਦੇ ਰੰਗ ਚ ਮੈਂ ਸੁਣਵਾਵਾਂ। ਕਰਬਲਾ ਜ਼ਿਆਰਤ ਤੇ ਮੈਂ ਗਿਓਮ ਤਿੱਲਾ ਏ ਜ਼ੈਨਬੀਆ ਖੋਲੂ, ਇੱਕ ਮੌਲਾ ਦਾ ਛੋਟਾ ਜ਼ਾਕਿਰ ਇਹ ਬੰਦ ਪਿਆ ਪੜ੍ਹਦਾ ਆਈ ਤੇ ਵੱਡੀ ਮੁਕਾਣ ਹੋਈ, ਮੈਂ ਉੱਥੇ ਮੌਜੂਦ ਹਾਂ। ਮੇਰਾ ਦਿਲ ਚਾਹੁੰਦਾ ਹੈ ਅੱਜ ਮੈਂ ਉਹ ਬੰਦ ਸੁਣਵਾਵਾਂ ਤੁਹਾਨੂੰ। ਤਿੱਲਾ ਏ ਜ਼ੈਨਬੀਆ ਜਿੱਥ ਭੇਣ ਸੱਤਰ ਕਦਮਾਂ ਦੀ ਵਿੱਚ ਤੂੰ ਕੁਸਦਾ ਦੇਖਦੀ ਰਹੀ, ਕਈ ਬੰਦੇ ਹਾਏ ਨਹੀਂ ਕੀਤੀ, ਅਮੀਰ ਬਣ ਕੇ ਬੈਠੇ ਸੁਣਦੇ। ਭਿਰਾ ਕੁਸਦਾਰੀ ਆ ਭੈਣ, ਭਿਰਾ ਦੇ ਕਾਤਲਾਂ ਦਾ ਮੁਖਾਤੇ ਬੋ ਕੇ ਰੋ ਕੇ ਬੀਬੀ ਭੈਣ ਕੀਤਾ, ਮੇਰੇ ਮੁਕੇ ਵੀਰ ਨੂੰ ਕੁਝ ਨਾ ਹਿਵੇ ਲਹਜੇ ਦਾ ਮਹਿਮਾ, ਰੋ ਰੋ ਗਿਆ ਦੀ ਆਪੇ ਮਰ ਵੈਸ, ਉਹ ਨਹੀਂ ਬਚ ਸਕਦਾ ਟੁਰ ਗਏ ਸਪੁੱਤਾ। ਹਰ ਕੋਈ ਆਖਦਾ ਬੀਬੀ ਤੂੰ ਹੈ ਕੌਣ,
ਮਾਤਮ ਕਰਕੇ ਹਦੀਏ ਮੈਂ ਭੇੜਾ ਇਸ ਅੱਲਾ ਰਾ ਚਾਈ ਖੜੀਆਂ ਪਾ ਬਹਾਦਰ ਸ਼ਾਹ ਦੇ ਰੋਸ਼ਾਲਾ ਜਿੰਦੇ ਰਹੋ ਪਰਦੇਦਾਰ ਮਸਤੂਰਾਤ ਦੇ ਵਹਿਣ ਬੁਲਾਉਂਦੇ ਨੇ ਉਹ ਤਾਂ ਸ਼ਰੀਫ ਜ਼ਾਦੀਆਂ ਇਹ ਵੀ ਨਹੀਂ ਆਖ ਸਕਦੀਆਂ ਜੋ ਭਾਈ ਜ਼ਾਕਿਰ ਵੱਧ ਪੜ ਮੈਂ ਭੈਣਾ ਇਸ ਅੱਲਾ ਰਾਸੀ ਦੀ ਹਾਫਿਜ਼ ਆਵਾਜ਼ ਥੋੜਾ ਜਿਹਾ ਵਧਾਵੇ ਇਹਦਾ ਕਿਹੜਾ ਵਾਰਿਸ ਦਿਸਦਾ ਨੇ ਵਿੱਚ ਘਰ ਬਲ ਦੇ ਭੇਣ ਦੀ ਕੋਸ਼ਿਸ਼ ਰਹੀ ਜੋ ਭਰਾ ਬਚ ਜਾਏ ਖਾਨ ਸਾਹਿਬ ਭਰਾ ਦੀ ਕੋਸ਼ਿਸ਼ ਸੈਦ ਆਪਣੇ ਕਾਤਲ ਨੂੰ ਆਦੇ ਕਰ ਕਤਲ ਨਾ ਸਾਹਮਣੇ ਮਾਰੀਆਂ ਭੇਣੀ ਖੜੀ ਕਾਂਡ ਕਰਕੇ ਖੰਜਾ ਅੱਲਾ ਜਾਣਦਾ ਬਹੁ ਅਮੀਰ ਜੈ ਹਾਏ ਨਹੀਂ ਕੀਤੀ ਸੈਦ ਆਦੇ ਮਾੜੀ ਚੌ ਸਾਲ ਧੀ ਆ ਗਈ ਏ ਨਾ ਹੱਥ ਜ਼ੁਲਫਾਂ ਮੈਂ ਸਦਕੇ ਮੈਂ ਨਾ ਕਰ ਜਿਹੜੇ ਭਰਾਵਾਂ ਵਾਲੇ ਬੈਠੇ ਹੋ ਨਿਆ ਲਓ ਸਾ ਸਾਲ ਰੱਬ ਚਲਾ ਮੈਂ ਉਫ ਨਹੀਂ ਕਰਨੀ ਉਹਦਾ ਮੈਂ ਕੀ ਕਰਨਾ ਇਸ ਦੁਨੀਆ ਦੇ ਜਿੱਥੇ ਨਹੀਂ ਅੱਬਾ ਬਹਾਦਰ ਸ਼ਾਹ ਜਿੰਦੇ ਰਹੋ ਮੌਲੇ ਕਾਇਨਾਤ ਤੁਹਾਡੇ ਪੁਰਸਾ ਕਬੂਲ ਫਰਮਾ ਜਿਤਨੇ ਆਸੂ ਗਮੇ ਹੁਸੈਨ ਜਾ ਗਏ ਹੁਸੈਨ ਦੀ ਮਾਂ ਤੁਹਾਡੇ ਆਸੂ ਕਬੂਲ ਫਰਮਾ ਸ਼ਾਲਾ ਤੁਸੀਂ ਜੀਓ ਆਬਾਦ ਉਰਸ਼ਾਦ ਰਹੋ ਸਿਵਾ ਇਸ ਗਮ ਦੇ ਮੌਲਾ ਤੁਹਾਨੂੰ ਹਰ ਗਮ ਤੂੰ ਮਹਿਫੂਜ਼ ਫਰਮਾਏ ਕਸਮ ਨੇ ਬਹੁਤ ਬੜੀ ਇਬਾਦਤ ਹੈ ਮਜ਼ਲੂਮ ਦੇ ਗਮ ਵਿੱਚ ਰੋਵਣਾ ਹਸ਼ਰ ਵਾਲੇ ਦਿਹਾੜੇ ਬੀਬੀ ਦੀ ਨਿਦਾ ਸੀ ਕੋਈ ਐਸਾ ਸ਼ਖਸ ਹੋਵੇ ਜਿਹੜਾ ਜ਼ਿੰਦਗੀ 'ਚ ਮੇਰੇ ਹੁਸੈਨ ਨੂੰ ਇੱਕ ਵਾਰੀ ਰੁਨਾ ਹੋਵੇ ਅੱਜ ਮੈਂ ਬਤੂਲ ਉਸਦਾ ਕਰਜ਼ ਲਹਾਵਾਂ ਮੈਂ ਸਦਕੇ ਹੋ ਜਾਵਾਂ ਚਲੋ ਤੁਸੀਂ ਜੀਓ ਆਬਾਦ ਉਰਸ਼ਾਦ ਰਹੋ ਇਹ ਸਫੇ ਅਜ਼ਾਮ ਮੌਲਾ ਆਪਣੀ ਬਾਹਰ ਗਾਜ ਕਬੂਲ ਮਨਜ਼ੂਰ ਬਾਬਾ ਬਸ ਬਹਿ ਟਾਈਮ ਕੋਈ ਨਹੀਂ ਬਸ ਚਲੋ ਜਿੰਦੇ ਰਹੋ ਸਲਵਾਤ ਸਰ ਉੱਚੀ ਆਵਾਜ਼ ਨਾਲ ਪੜੋ ਬਾਬਾ ਕੌਣ ਆਉਂਦਾ ਪਿਆ ਅੱਛਾ ਫਿਰ ਵੀ ਬਾਬਾ ਜ਼ਬਰਨ ਸਲਵਾਤ ਪੜੋ ਸਾਰੇ ਮਿਹਰਬਾਨੀ ਜਨਾਬ ਹੋ ਗਿਆ ਹਿੱਸਾ ਚਲੋ ਜਿੰਦੇ ਰਹੋ ਆਬਾਦ ਉਰਸ਼ਾਦ ਰਹੋ ਭਾਈ ਹੁਣ ਟਾਈਮ ਕੋਈ ਨਹੀਂ ਮੈਂ ਚਾਹੁੰਦਾ ਬਾਈ ਤੁਹਾਨੂੰ ਜਲਦੀ ਜਲਦੀ ਕੋਈ 6-7 ਕਸੀਦੇ ਸੁਣਵਾ ਚੋ ਛੇ ਸੱਤ ਮੈਂ ਪੜ੍ਹਨੇ ਨਹੀਂ ਮਤਲਬ ਇਹ 1-2 ਪੜ੍ਹਸਾਂ ਲੇਕਿਨ ਜ਼ੋਰ 6-7 ਦਾ ਲੈ ਸਾਂ ਇਹ ਛੂਰ ਘਬਰੀ ਗਿਆ ਬਾਈ
پڑھنے مین گھبری تو گیا قصیدہ پڑھنا چاہنا سین فضا دشان دا سائیاں دی دائی ساری سین جناب فضا کمبر ہک دیڑے پوچھے بہن فضا ہر بندہ نوکری کر دے غربت دی وجہ تو تین نوکری کی تی شاہیاں چھوڑ کی یہ تین گھاٹا نہیں کیتا بی بی آدھی نہیں میں نفع علا سودا کیتا ہے کمبر آدھے اے دیج کیڑا نفع بی بی آدھی آ نفع سون اگے کر دیاں حبشیاں تے حکومت ہون کرنیاں عرشیاں تے حکومت جڑے بولے ہو تو انو سلام ہے بھائی اسا کہہ کی تے تخت کی تے تخت کی تے شاہیاں تے کی تے تاج تے کی تے سائدان تے گھر دی نوکری بہاری برطن تے کپڑے بی بی جڑا جواب دیتا ہے جناب نو قصیدہ سنوانا چاہنا اے اجازت پڑھئے جی سلوات کچھ آواز نال پڑھو سارے حضرات بی بی آدھی ہے میں نو تاج تے شاہی دوں وعدے دس دے میں نو تاج تے شاہی دوں وعدے دس دے میں نو تاج تے شاہی دوں وعدے دس دے میں نو تاج تے شاہی دوں وعدے دس دے میں نو تاج تے شاہی دوں وعدے دس دے جڑا پاکا دے گھر وچ میں رہنیاں میں نو تاج میں نو تاج تے شاہی تو ود دس دے جڑا پاکا دے گھر وچ میں رہنیاں کافی تے پوری توجہ عارف حسین اس فرد ثانی تے کوئی مربع زمین لکھ دے وے او قیمت گھاٹے تے ثانی دا وزن بلند میں نو تاج تے شاہی توں وعدے دس دے میں نو تاج تے شاہی توں وعدے دس دے میں نو تاج تے شاہی توں وعدے دس دے جڑا پاکاں دے گھر وچ میں رہنیاں میں نو حبشن سمجھ کے فخر نہ کر میں نو حبش کیوں کھانا پنیاں دا آپ پکے نہیں کیا بات ہے تو کیا بات میں پاکاں دے گھر وچ رہنی ہاں کھانا پنیاں دا آپ بھائی حدیت کھانا پنیاں دا آپ پکینیاں میں پاکاں دے گھر وچ رہنیاں کمبر آدھے میں بھی کوئی گھٹ نہیں میں مولا دے گھوڑے دا غلام بلے سخی دا مولوں دے آسمان عرشان دی سیر تے میں گھوڑے دے گالج باہی پہنا جتھو تائیں گھوڑا وین دے میں کمبر نال وین میں مولا دے گھوڑے دا نوکراں بی بی آدھے نوکر بان سردار نہ بان آ میں تینو دساں جو میں کون آ تے تو کون ہے بی بی کیڑی گل کیتی ہے تیری تک تیری نہ کرتے کیویں تو زین گھڑے دی چاہ ٹرنا ہے تو زین گھڑے دی چاہ ٹرنا ہے پریوار تک پچھلے ہی جاگے میں حسن حسین نو چاہیے کیا بات کیا بات ہے تیرے سنن دی کیا بات آواز خوش پہ کرے میں کو خیال کی جی تو سنجیو اے شیر نہیں ہونا اگلا شیر سنو نیاز حسین ٹائم ہے کوئی نہ ایک بس معافی پہ منگنا معافی پہ منگنا سائیں معافی پہ منگنا ہن کمبر چپ پہ جڑے پچھلے دو چار بندے جی میں چپ بیٹھن کمبر چپ پہ بی بی آدھی چپ نہ کر ہن بول آدھے کی بولا تے گالی بم وڈی کیتی لیکن میرے کے ایسا عمل ہے جس تے مینوں بڑا ناز ساؤنڈ دا آواز کھول ساؤنڈ دا مینوں بڑا ناز ہے بی بی آدھی کیڑا عمل کمبر آدھے میں ہر روز سو دفعہ زیارت کرے نا مولا علی دے چہرے دے تے پتہ ہی ایک زیارت علی دی ایک ختم قرآن دا سوا سو زیارت علی دی سو ختم قرآن دا سوا
بی بی اپنا سواب دسے ہی ہون میرا سون سین فی کمبر مخاطب ہو کے حدی اسے اجار شاو نہیں ہزار نہیں لاکھ ختم ایک بری بات لاکھ ختم قرآن دے ہو جدا چہرہ بطول دا بہنی کیا تو سجین دے رب مولا تنو رنگ لائے تری دعا ہو گئی ہک سطر اپنے مرحوم استاد مرید عباس لنگا صاحب دی یاد تے اس دے بعد تھوڑا جا ذکر مصاحب میں قبلہ صاحب نو ٹائم دیواں اے اجازت جی مرحوم استاد مرید عباس لنگا صاحب بڑا مشہور قصیدہ او پڑھ دے ہوندے آئین مدینے وچ بہشتی لوگاں دے سردار رہاں دے کملی دنیا ایتھو دے سردار تے جنت دے سردار ہی کو جائے سمجھی ودن انہا کچھ فرق دسائیں شیر دے رنگ انہاں لکھن تے میں تانوں سنویندا پیاں جیڑا وڈا سردار ہوے سونی سواری سردار ہے پنج مربے دا مالک جی ایل آئی 22 لاکھ دی گڈی سردار ہے 10 مربے دا مالک لینڈ کروزر سردار ہے 100 مربے دا مالک بی ایم ڈبلیو حیران ہو گئے میں کہیں سبزی دا نہ چاہے او کروڑ روپے دی گڈی ہے بابا بی ایم ڈبلیو مقصد گل کرن دا جتنا بڑا سردار اتنی قیمتی تے سوہنی سوار بھائی ہدایت جیندی میں گل پہ کردا او ہے جنت دا سردار تھکے بیٹھے ہو بندے تو اٹھی منجو آدھے چنگا جے سردار بڑا تے آ سواری سن نبی سجدے نبی دی کانڈ تے چاڑ باندھ لطف آیا بندے بولے نبی سجدے محمد نہیں لہا سنگدا محمد سنگدا محمد سنگدا اے مرضیاں نال لہاندے ہن تائی تسیں سونا بولے ہو ہن بھاوے نہ ہی بولو تو مینوں پرواہ کوئی نہیں میں مصرا پڑھنا ضرور ہے کیوں جو ملنگ دا پوترا علی مولا دے دشمن کو نہیں پانی پاک کر سکدا ہے میں پتہ ہی کئی بندے سے چپ کر ویسے تسیں جیو آیا پور شریف ملہدا ڈٹھی بھیڑ بازاری لوگاں دی سہار رک گیا آن میں صدقے آ میرا بارواں مولا نے پرسا قبول فرما
جوانی سلامت ہوگی. حافظ آواز کھولے کھڑ گیا. پیٹھی بھیڑ بازاری لوگاں دی سہارا رک گیا. میں صدقے بیویا دی چادر دیو اگلے موڑ تے ملا دے سا. بس مک گئی مجلس. میرا دل چاہندا ہے اج ایک ستر پرانے نوہے دی سنواواں. بڑا پرانا نوہ ہے جڑا انہاں بچیاں نوں بھی یاد ہے. میں آرے حسین معافی مانگتی. بڑا پرانا جہا نوہ ہے بی بی دی غربت دا. انہاں ماواں دھیاں دے مقدر ہی عجیب. ماں بر دربار گئی دھی دربار گئی جڑے رون دے بیٹھے جوانیاں رج مانو. ماں جڑی دربار گئی وہ ہائی صحابیاں دا. تھوڑے بندے ہائی کیتی اللہ جانے. جتھے دھی گئی وہ دربار آئی شرابیاں دا. شام پڑھنی بہو اوکھی. گھڑیاں تے ٹائم نوٹ کرو صرف دو منٹ زیادہ نہیں کافی پڑھ گئے. یہ سارے پنجاب دا بہت بڑا شہر ہے لاہور. اتھوں دی بات ہے جج دا نام ہے سید علی عباس کاظمی. سید صبح نال اپنی کرسی تے آ بیٹھے. باہر نوکر آواز دیتی ہن دربار وچ زینب. سید آئی مشاہدی آئی رونا شروع کیتا. ریڈر پوچھتا شاہ جی کیوں رو دے ہو. سید آ کوئی گزریا زمانہ یاد آ. اتنے ٹائم مائی عدالت چاہیے نال تھانے دار. سید پوچھے سمائی دا جرم. تھانے دار دے قتل اچ ملوث. ڈھا مار گیا دے جرم تے وڈا ہتھ اچ گڑیاں کیوں نے پوائیں. آدھے قانون تو واقف ہے جیڑی مجرم عورت ہوے ہتھ اچ گڑیاں کوئی نہیں پویندا. ماتم کر کے آدھے